बिस्मिल्लाह रहमान रहीम, अस्सलाम वालेकुम। मैं दुआ करें मेरे बहन बजते रहन, खुश रहन, बाद रहन, मैं शास्त मुस्कुराते रहन। अल्हम्दुलिल्लाह सी बिल्कुल ठीक ठाक है। साड़ी दुआ है साड़े देखने वाले तमाम बहन भाई हमेशा सदा सलामत रहन और हंसते मुस्कुराते रहन। क्यों आए स्कूलों, हजे तो टाइम ही कोई नहीं होया। की होया? आँख खराब। फिर की उन्हें छुट्टी दे दी? नास कहते नहीं आए सच्ची की आंदे जिन्हें अखा खराब हैं वो छुट्टी कर जा। चलो अल्लाह करे तेरी अखी। ब्लॉग शुरू करने तो पहले जी मैं छोटी गुजारिश कर रहा चला कि प्लीज साढ़े चैनल जरूर सब्सक्राइब करे, जे वीडियो लाइक करे, जे मेहरबानी जजाक अल्लाह। कुछ दिन पहले जी मैं कुंडी बंद करन लगा, मेरा नूं जिहड़ा ना विच आ गया तकरीबन और सारा ही खराब हो गया। अज मैं फरोल के देखिया ਵਿੱਚੋਂ ਇੰਨਾ ਜ਼ਿਆਦਾ ਗੰਦ ਨਿਕਲ ਰਿਹਾ ਨਾ ਔਰ ਸਾਰੀ ਬਾਜ਼ੂ ਹੀ ਦਰਦ ਕਰ ਰਹੇ ਦੀ ਵਜ੍ਹਾ। ਅੱਜ ਅਸੀਂ ਜੀ ਨਿਕਲਣ ਲੱਗਿਆ ਥੋੜ੍ਹੀ ਜਿਹੀ ਮਿਹਨਤ ਮੁਸ਼ੱਕਤ ਕਰਨ, ਅਤੇ ਤੁਸੀਂ ਸਾਡੇ ਨਾਲ ਲੈਣਾ ਕਿ ਅੱਜ ਅਸੀਂ ਮਿਹਨਤ ਮੁਸ਼ੱਕਤ ਕਰਨੇ। ਮੈਂ ਆਸੀਆ ਹੋਰ ਭਰਜਾਈ ਭਾਈ ਪਹਿਲੇ ਉੱਥੇ ਗਿਆ ਹੋਇਆ, ਟਾਈਮ ਕਾਫੀ ਹੋ ਚੁੱਕਿਆ ਤਕਰੀਬਨ 10 ਵੱਜ ਗਏ ਹੋਇਆ ਔਰ ਇੱਥੇ ਹੀ ਫਿਰਦੇ ਰਹੇ। ਸਵੇਰ ਦੀ ਵੈਸੇ ਬਿਜਲੀ ਜਿਹੜੀ ਬੰਦ ਹੈਗੀ ਸੀ ਅਤੇ ਘਰ ਵਿੱਚ ਹੀ ਨਹੀਂ ਬੋਰੀਅਤ ਜੀ ਮਹਿਸੂਸ ਹੋ ਰਹੀ ਹੈ। ਬਿਜਲੀ ਹੁਣ ਤਕਰੀਬਨ ਆਈ ਹੈ, ਬਿਜਲੀ ਸਾਡੀ ਤਕਰੀਬਨ ਖਰਾਬ ਹੋਈ ਪਈ ਹੈ ਟਰਾਂਸਫਾਰਮਰ ਤੋਂ, ਅਤੇ ਵਾਪਡਾ ਵਾਲਿਆਂ ਨੂੰ ਜਿਹੜਾ ਨਾ ਫਿਲਹਾਲ ਥੋੜ੍ਹੀ ਬਹੁਤ ਸ਼ਰਮ ਨਹੀਂ ਆ ਰਹੀ ਕਿ ਆਣ ਕੇ ਸਹੀ ਕਰਕੇ ਦੇਣ। ਖੈਰ ਵਾਪਡਾ ਵਾਲੇ ਕੀ ਕਰਨ, ਸਾਡੇ ਜਿਹੜੇ ਪਿੰਡ ਦੇ ਆ ਨਾ ਲੋਕ ਉਹ ਵੀ ਨਹੀਂ ਕੰਪਲੇਨ ਕਰਦੇ ਵੀ ਸਾਡੇ ਜਿਹੜਾ ਨਾ ਟਰਾਂਸਫਾਰਮਰ ਖਰਾਬ ਹੈ ਤਾਂ ਤੁਸੀਂ ਠੀਕ ਕਰਕੇ ਦੇ ਜਾਓ। ਅਗਰ ਕੋਈ ਕਰਦਾ ਵੀ ਹੈ ਨਾ ਇੱਕਾ ਦੁੱਕਾ ਤਾਂ ਉਹਦੇ ਫਿਰ ਕੋਈ ਅੱਖ ਵੀ ਕੋਈ ਨਹੀਂ ਲੱਗਦਾ। ਅਤੇ ਹੁਣ ਜਿਹੜਾ ਨਾ ਅਸੀਂ ਚੱਲਦੇ ਹਾਂ ਉੱਥੇ ਜਾ ਕੇ ਮਿਹਨਤ ਮੁਸ਼ੱਕਤ ਥੋੜ੍ਹੀ ਬਹੁਤੀ ਕਰਨੇ ਆ, ਅਤੇ ਤੁਸੀਂ ਵੀ ਸਾਥ ਰਿਹਾ ਜੇ। ਕੁਛ ਪੁਰਾਣੀਆਂ ਯਾਦਾਂ ਇਸ ਕੰਮ ਦੇ ਨਾਲ ਜੁੜੀਆਂ ਹੋਈਆਂ ਅਤੇ ਇਨਸ਼ਾਅੱਲਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਬੜਾ ਮਜ਼ਾ ਆਉਣ ਵਾਲਾ ਅੱਜ ਦੀ ਵੀਡੀਓ 'ਚ। ਪਲੀਜ਼ ਮੁਕੰਮਲ ਦੇ। ਅੱਜ ਕੱਲ੍ਹ ਦੌਰ ਆ ਗਿਆ, ਸਮਝੋ ਕਿ ਟਾਈਮ ਆ ਗਿਆ ਕਿ ਬਰਸੇਬ ਜਿਹੜੀ ਨਾ ਉਹ ਬੀਜੀ ਜਾ ਰਹੀ ਹੈ। ਇਹ ਦੇਖੋ ਜ਼ਮੀਨਾਂ ਜਿਹੜੀਆਂ ਬਣੀਆਂ ਪਈਆਂ, ਕਈਆਂ ਜਗ੍ਹਾ 'ਤੇ ਲੋਕਾਂ ਨੇ ਬੀਜ ਵੀ ਲਈ ਹੈ। ਉੱਥੋਂ ਅਸੀਂ ਅਗਾਂਹ ਨੂੰ ਨਿਕਲ ਆਏ ਹਾਂ ਜਿੱਥੇ ਤੁਹਾਨੂੰ ਜ਼ਰੂਰ ਦਿਖਾਉਂਦੇ। ਅਤੇ ਬਹਰਹਾਲ ਅਸੀਂ ਆਪਣੇ ਕੰਮ 'ਤੇ ਫੋਕਸ ਕਰਨੇ ਹਾਂ, ਜਾ ਕੇ ਆਪਣਾ ਕੰਮ ਦੇਖਦੇ ਹਾਂ ਕਿ ਅੱਜ ਸਾਨੂੰ ਕੰਮ ਕੀ ਮਿਲਣ ਵਾਲਾ। ਅਸੀਂ ਭਾਈ ਸਾਹਿਬ ਜੀ ਇੱਥੇ ਪਹੁੰਚ ਆਏ ਹਾਂ ਔਰ ਆਸੀਆ ਅਤੇ ਭਰਜਾਈ ਜਾ ਰਹੀਆਂ ਨੇ ਅੱਗੇ ਅੱਗੇ। ਇਹਨਾਂ ਨੇ ਤਾਂ ਸਿਰਫ ਕਾਹ ਕੱਟਣਾ ਔਰ ਭਾਈ ਔਰ ਜਿਹੜੇ ਨਾ ਉਹ ਅੱਗੇ ਕਰਕੇ ਐਸੇ ਖਾਲ ਦੇ ਵਿੱਚ ਜਿਹੜਾ ਨਾ ਮਤਲਬ ਖਾਲ ਦੀ ਛੰਗਾਈ ਵਗੈਰਾ ਕਰ ਰਹੇ, ਉੱਥੇ ਜਾ ਕੇ ਥੋੜ੍ਹਾ ਬਹੁਤ ਅਸੀਂ ਵੀ ਨਾਲ ਜਿਹੜਾ ਨਾ ਸਾਥ ਦਿੰਦੇ ਕੰਮ ਸ਼ੰਮ ਕਰਨੇ ਆ। ਭਾਈ ਸਾਹਿਬ ਮਿਹਨਤ ਕਰਨੀ ਚਾਹੀਦੀ ਹਰ ਕਿਸੇ ਨੂੰ। ਪੁਰਾਣਾ ਚੌਧਰੀ ਅੱਜ ਟੱਕਰਿਆ ਔਰ ਕਹਿ ਰਿਹਾ ਕਿ ਫੋਨ ਨਹੀਂ ਚਾਹੁੰਦੇ ਹੋ। ਮਸਲਾ ਇਹ ਹੈ ਕਿ ਬੰਦੇ ਨੂੰ ਟਾਈਮ ਪਾਸ ਹੋ ਜਾਂਦਾ, ਠੀਕ ਹੈ ਨਾ, ਔਖਾ ਹੋਵੇ ਸੌਖਾ ਹੋਵੇ ਟਾਈਮ ਲੰਘ ਜਾਂਦਾ, ਲੇਕਿਨ ਬੰਦੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਯਾਦ ਜਦੋਂ ਆਉਂਦੀਆਂ ਨਾ ਫਿਰ ਉਦੋਂ ਦੁੱਖ ਲੱਗਦਾ। ਇਸ ਬੰਦੇ ਨਾਲ ਸਮਝੋ ਕਿ ਇਤਨਾ ਚਿਰ ਬਿਤਾਇਆ, ਇਤਨਾ ਅੱਛਾ ਟਾਈਮ ਗੁਜ਼ਾਰਿਆ ਹੈ, ਅਤੇ ਬਹਰਹਾਲ ਗੱਲ ਕਰੀਏ ਤਾਂ ਫਿਰ ਅਸੀਂ ਬੈੜੇ ਲੱਗਦੇ ਹਾਂ। ਅਤੇ ਅੱਜ ਸਾਨੂੰ ਸਮਝ ਲਓ ਕਿ ਉਹਦੇ ਕੋਲੋਂ ਨਹੀਂ ਨਾ ਇੱਕ ਜਿਹੜਾ ਨਾ ਕੱਖ ਵੀ ਹੁੰਦਾ ਨਾ ਕੱਖ, ਕੱਖ ਦੀ ਕੀ ਔਕਾਤ ਹੈ, ਉਹਦੀ ਵੀ ਨਹੀਂ ਉਮੀਦ ਹੈ ਕਿ ਸਾਨੂੰ ਮਿਲ ਜਾਵੇ, ਠੀਕ ਹੈ ਨਾ। ਅਤੇ ਇਸ ਵਜ੍ਹਾ ਤੋਂ ਇੱਕ ਮੈਂ ਮਤਲਬ ਮੰਗਿਆ, ਮੈਂ ਛੋਟਾ ਜਿਹਾ ਮਤਲਬ ਮੰਗਿਆ, ਹਾਲਾਂਕਿ ਉਹਦੇ 'ਚ ਸਮਝੋ ਕਿ ਇਨਕਾਰ ਕਰਨ ਦੀ ਗੁੰਜਾਇਸ਼ ਨਹੀਂ ਆਈ। ਇਸ ਬੰਦੇ ਨੇ ਇਨਕਾਰ ਕਰ ਦਿੱਤਾ। ਹੁਣ ਕੰਮ ਦੀ ਵਜ੍ਹਾ ਤੋਂ ਸੱਦਾ ਵੀ ਸੱਦਾ ਜਿਹੜਾ ਨਾ ਕੰਮ ਕਰੋ, ਲੇਕਿਨ ਦਿਲ ਨਹੀਂ ਕਰਦਾ ਬਈ ਉਹਨਾਂ ਦੇ ਰਸਤੇ ਤੋਂ ਹੀ ਲੰਘਣ ਤੋਂ। ਅਤੇ ਬਹਰਹਾਲ ਸਾਹਮਣੇ ਆ ਗਿਆ ਸੀ ਅਤੇ ਕਹਿੰਦਾ ਫੋਨ ਨਹੀਂ ਚਾਹ ਰਿਹਾ। ਬਹਰਹਾਲ ਅਸੀਂ ਇਸ ਤਰ੍ਹਾਂ ਦੇ ਲੋਕਾਂ ਦਾ ਫੋਨ ਚਾਹਣ ਤੋਂ ਬਿਹਤਰ ਹੀ ਹੈ ਕਿ ਅਸੀਂ ਜਿਹੜਾ ਨਾ ਰਸਤਾ ਹੀ ਚੇਂਜ ਕਰ ਲਈਏ, ਨਾ ਇਹਨਾਂ ਦੇ ਮੱਥੇ ਲੱਗੀਏ, ਨਾ ਕੋਈ ਗੱਲ ਸੁਣੀਏ, ਨਾ ਚੰਗੀ ਨਾ ਮਾੜੀ, ਬਿਹਤਰ ਹੈ ਆਪਣਾ ਰਸਤਾ ਚੇਂਜ ਕਰਕੇ ਗੁਜ਼ਰ ਜਾਓ। ਰਿਜ਼ਕ ਦੇਣਾ ਹੈ ਸੋਹਣੇ ਮਾਲਿਕ ਨੇ ਦੇਣਾ, ਠੀਕ ਹੈ ਨਾ, ਨਾ ਕਿਸੇ ਦੇ ਬੰਦੇ ਦੇ ਹੱਥ ਵਾਸਾ, ਨਾ ਕਿਸੇ ਹੋਰ ਦੇ ਹੱਥ ਵਾਸਾ। ਔਰ ਜੋ ਰਿਜ਼ਕ ਮਾਲਿਕ ਨੇ ਲਿਖ ਦੇਣਾ ਨੂੰ ਹਰ ਸੂਰਤ ਮਿਲ ਕੇ ਰਹਿੰਦਾ ਹੈ ਗਿਆ, ਚਾਹੇ ਕੋਈ ਮਿਹਨਤ ਕਰੇ ਨਾ ਕਰੇ, ਚਾਹੇ ਜੋ ਵੀ ਹੋ ਜਾਵੇ, ਜੋ ਮਾਲਿਕ ਨੇ ਲਿਖਿਆ ਨਾ ਉਹ ਮਿਲ ਕੇ ਰਹਿਣਾ ਹੁੰਦਾ। ਤਾਂ ਕਰਕੇ ਜਿਹੜਾ ਨਾ ਕੰਮ ਉਹ ਕਰੋ ਜਿਹਦੇ ਵਿੱਚ ਕੋਈ ਫਾਇਦਾ ਹੋਵੇ, ਸਕੂਨ ਹੋਵੇ, ਅਤੇ ਜਿਹਦੇ ਵਿੱਚ ਫਾਇਦਾ ਸਕੂਨ ਨਹੀਂ ਹੈ ਨਾ ਉਹਦੇ ਨੇੜੇ ਵੀ ਨਾ ਜਾਓ। ਇਸ ਕਰਕੇ ਭਾਈ ਸਾਹਿਬ ਉੱਥੇ ਹੁਣ ਨੇੜੇ ਲੰਘਣ ਨੂੰ ਵੀ ਨਹੀਂ ਦਿਲ ਕਰਦਾ। ਔਰ ਗੱਲਾਂ ਕਰਦਿਆਂ ਕਰਦਿਆਂ ਮਾਸ਼ਾਅੱਲਾ ਅੱਗੇ ਆ ਗਿਆ ਤੂਤ ਸਾਡੇ ਬੱਕਰੀਆਂ ਦਾ ਰੱਜ, ਇਹ ਵੀ ਇਨਸ਼ਾਅੱਲਾ ਇੱਥੋਂ ਹੁਣ ਕੱਟ ਕੇ ਲੈ ਜਾਵਾਂਗੇ। ਔਰ ਨਾਲ ਜਿਹੜਾ ਨਾ ਦੂਸਰਾ ਘਾਹ ਵਗੈਰਾ ਵੀ, ਚਲੋ ਜਾਨਵਰ ਜਿਹੜੇ ਨਾ ਭਾਈ ਹੋਰਾਂ ਦੇ ਹੈਗੇ, ਸਾਡੀਆਂ ਵੀ ਬੱਕਰੀਆਂ ਛੱਕਰੀਆਂ ਉਹ ਵੀ ਰੱਜ ਸਨ। ਔਰ ਇਸ ਸਾਈਡ 'ਤੇ ਦੇਖੋ ਚਾਵਲ ਦੀ ਫਸਲ ਮਾਸ਼ਾਅੱਲਾ ਤਿਆਰ ਹੋਈ ਖੜ੍ਹੀ ਆ, ਬਿਲਕੁਲ ਤਿਆਰ। ਅੱਜ ਮਾਸ਼ਾਅੱਲਾ ਜੀ ਸਾਡਾ ਇਹ ਕੰਮ ਹੈਗਾ ਖਾਲਾ ਖਾ ਲੈਣ ਦਾ, ਅਤੇ ਅਬਦੁਲ ਖਾਲਿਕ ਲੱਗਿਆ ਖਲਾ ਭਾਈ ਕੋਲ, ਕਈ ਮੈਂ ਫੜ ਲਈ ਹੈ, ਕਈ ਮਜ਼ੀਦ ਹੈਗੀ ਕੋਈ ਨਹੀਂ। ਉਹ ਇੱਕ ਬੰਦਾ ਅੱਗੇ ਲੱਗਾ ਹੋਇਆ,
है चेक करो नंबरदार है अपना खाला काट लेंदा है फिर इन्हें को लेने कई तिने जने फिर रल के जरा ना यह काम इंशाला मुका लें उन्ना चेर भाई मैं अक्सा लो तो असी जरा ना खाला काटने खाले वाला तो काम अलहमदुल्ला गया खत्म हो हूँ घा वगैरह जोड़ा ना वो अस गया तो परजाई जोड़े ना कटदियाँ पे ने घा शाह लदने फिर जलने कारनों उन्ना चेर थोड़ा बहुत मैं आख भी जोड़ा ना नाले तुहानू व्यू दिखाने नाले आप थोड़ा बहुत खाण पीन कर आने सैड तो मरूद है गए तो मरूद समझो कि है खत्म हो खड़े आ पर देखने कोई एक अद्धा शायद शायद सानू मिल जाए ओए होए किन्ना तेला पिया खड़ा मरूदा नु चेक करो जरा बहुत ही काले खाले होए खड़े पत्ते सूंडियाँ तेला बड़ी बीमारी लगी खड़ी अमरूद तो माशाल्लाह काफ़ी ज़्यादा लगे हुए है गए कच्चे है वेखो पक्के शायद ना मिलन कोई किसी पासे नहीं पक्का अमरूद नज़र आ रहा सारे ही कच्चे है गए बिल्कुल आखिरकार फिरद्या फिरद्या जड़ा ना एक मिल ही गया है लेकिन उन्दे च इतने ज़्यादा कीड़े है गे ना देखो कितना ज़्यादा खराब होया हो उस अलावा एक हैगा नॉर्मल ज पर इन्दे विच भी बहुत ज़्यादा कीड़े लगे हुए इन्ह इलाकें जो काम करते ना मौज तो होंगी सी ना अमरूद की माल्टे की लेकिन भाई साहब जी मौजा का फायदा की जिंद कम सुर स्वाद ही नहीं होना समझो ना कि काम की कोई रूटीन हैगी सी ना कोई तनखा दी है चार्ज दी तनखा सानू मिले तनखा बस 7,000-8,000 अखीर एंड ते जिहड़े 2 साल लाए ना उन्हां 2 सालां दी सिर्फ और सिर्फ एक साल दी उन्हें 11,000 दी या दूसरे साल दी 12,000 इस तरह करके जिहड़ा ना साडा टाइम इसे पास होंदा रहा और उस भाई दे नहीं हैगे जिंदे कोल असीं काम करदे रहे उन्दे ते मतलब उस साइड ते हैगे ते इह उन्हां दे हैगे जिन्हां दा मतलब असीं आए खाला वगैरह खाल रहे हैं ठीक है ना ਤਾਂ ਕਰਕੇ ਫਿਰ ਮੈਂ ਵੀ ਇਸ ਪਾਸੇ ਜਿਹੜਾ ਚੱਕਰ ਕੱਢਣ ਲਈ ਆ ਗਿਆ ਸੀ ਪੀਣ ਤੋਂ ਮੁਰਾਦ ਇਹ ਹੈ ਕਿ 24 ਘੰਟੇ ਦਾ ਸਮਝੋ ਕਿ ਇੱਕ ਬੰਦਾ ਨਾ 24 ਘੰਟੇ ਸਮਝ ਲਓ 7 ਦਿਨ 24 ਘੰਟੇ ਕੰਮ ਹੀ ਕੰਮ ਹੁੰਦਾ ਕਿ ਕੋਈ ਰੂਟੀਨ ਨਹੀਂ ਕਿਸੇ ਟਾਈਮ ਵੀ ਅਗਲੇ ਨੇ ਆਵਾਜ਼ ਮਾਰਨੀ ਨਾ ਅਗਲੇ ਉਹ ਫੌਜ ਤਰ੍ਹਾਂ ਅਤੇ ਉਸੇ ਤਰ੍ਹਾਂ ਫਿਰ ਕੰਮ ਦੀ ਰੂਟੀਨ 'ਤੇ ਚੱਲਣਾ ਪੈਂਦਾ ਅਤੇ ਹੁਣ ਅਲਹਮਦੁਲਿਲਾ ਜਿੱਦਣ ਦੇ ਨੌਕਰੀਆਂ ਛੱਡੀਆਂ ਨਾ अल्लाह जात पाक ने करम कमाया अल्लाह दी चोलियां चाहे अल्लाह ने रंग लाए ने शुक्र अलहमदुल्ला अल्लाह पाक सब दी मुश्किल आसान करे का जड़ा ना चंगी पांड पट ली आ बकरियां वास्ते भी है थोड़ियां बहुत टहनियां लै आंदियां ते होर हले तक है तूत जड़े ना वो कट के लै जाने का आंदा भाई मैं छड़ के आना बाकी तुसी जड़ा ना आप खुद चले जाओ ते असी हुण चले आ ऐ भाई टहनियां मजीद पट पुट लैने ते चलदे आ घर ਭਾਈ ਨਵਾਜ਼ ਅਲੇ ਗਿਆ ਸੀ ਉੱਥੋਂ ਵਾਪਸੀ ਅਤੇ ਨਾ ਅਸੀਂ ਮੁਹੰਮਦ ਅਲੀ ਨੂੰ ਲੈ ਕੇ ਸਿੱਧਾ ਚਲੇ ਗਏ ਸਮੁੰਦਰੀ ਉੱਥੋਂ ਥੋੜ੍ਹੀ ਜਿਹੜੀ ਨ ਸ਼ੋਪਿੰਗ ਕੀਤੀ ਜੋ ਕਿ ਤੁਹਾਨੂੰ ਥੰਬਨੇਲ 'ਤੇ ਸ਼ਾਇਦ ਨਜ਼ਰ ਆਈ ਹੈ ਉਹ ਇਨਸ਼ਾਅੱਲਾ ਚੱਲ ਕੇ ਤੁਹਾਡੇ ਨਾਲ ਡਿਟੇਲ ਦੇ ਨਾਲ ਸ਼ੇਅਰ ਕਰਨੇ ਆ ਅਤੇ ਕੱਲ੍ਹ ਅਸੀਂ ਨਹੀਂ ਸੀ ਸ਼ੇਅਰ ਕਰ ਪਾਏ ਨਾ ਅੱਜ ਹੀ ਸਵੇਰ ਦੀ ਮਤਲਬ ਹੈ ਕਿ ਨਾਲ ਜ਼ੇਹਨ 'ਤੇ ਹੀ ਕੋਈ ਨਹੀਂ ਸੀ ਹੈਗਾ ਅਤੇ ਬਹਰਹਾਲ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਨੇ ਆ ਕਾਰ ਚੱਲ ਕੇ ਹਾਂਜੀ ਮੇਰੇ ਬਚਪਨ ਕੇ ਦਿਨ ਕਿਤਨੇ ਅੱਛੇ ਥੇ ਦਿਨ ਇਹ ਮਾਲਟੇ ਯਾਦ ਆਉਂਦੇ ਪਏ ਆਸ਼ੀਆਂ ਨੂੰ ਮੈਨੂੰ ਵੀ ਪੱਟ ਕੇ ਲਿਆ ਦਿੱਤਾ ਤੂੰ ਅਤੇ ਵੈਸੇ ਗਾਣਾ ਬਹੁਤ ਹੀ ਬਿਹਤਰੀਨ ਹੈਗਾ ਇਤਨਾ ਪਿਆਰਾ ਲੱਗਦਾ ਨਾ ਕਿ ਉਹ ਮਤਲਬ ਗਾਣਾ ਇੱਕ ਯਾਦ ਆ ਗਿਆ ਮਾਲਟੇ ਖਾਂਦੇ ਖਾਂਦੇ ਮਤਲਬ ਬਚਪਨ ਦੇ ਕੀ ਦਿਨ ਸਨ ਕਾਫੀ ਦਿਨ ਅਸੀਂ ਟਾਈਮ ਜਿਹੜਾ ਨੇ ਇੱਥੇ ਗੁਜ਼ਾਰਿਆ ਹੈਗਾ ਇਹ ਜ਼ਰਾ ਚੈੱਕ ਕਰੋ ਬਰਜਾਈ ਸਾਹਿਬਾਂ ਦੇ ਕੰਮ ਚੈੱਕ ਕਰੋ ਉਹ ਚੜ ਗਈ ਉੱਪਰ ਟਹਿਣੀਆਂ ਉਤਾਰਨ ਖਾਣ ਉੱਤੇ ਸਿਰੇ 'ਤੇ ਜਾ ਕੇ ਨਾ ਉੱਤੋਂ ਲਾ ਕੇ ਲਿਆਉਣੀਆਂ ਥੱਲੇ ਹੈਗੀਆਂ ਹੀ ਕੋਈ ਨਹੀਂ ਸੀ ਇਹ ਵੇਖੋ ਤੁਸੀਂ
और मैं नहीं सी चढ़ सकता, वजह सारा मेरा अंगूठा जड़ा ना समझो खराब हो चुका है, तो माड़ा ही कोई चीज़ लगती ना सारा ही दुख जाता है, खूनों खून हो जाता, ता करके अज परजाई नू वक्त पै गया। वेख आउंदिया टहनिया थले सारिया मोटी अगे जला मैं डर गई चल बस कर दो, बढ़िया हो गई सारा उन्होंने दरखत तोड़ना। माशाल्लाह दरबार के उपर वेखो किन्ने ज्यादा कबूतर जड़े ना, जंगली कबूतर यानी कि आजाद कबूतर है, ठीक है ना। और मैं कैमरे जूम करी खड़ा, पता नहीं नजर ही आ रहे या नहीं, सूरज सामने हैगा, ऐ वेखो काफी ज्यादा इन्होंने पर जड़े ना बैठे हुए हैं, बहुत ही प्यारे लग रहे हैं। वीडियो पता नहीं किस तरह लगन गए। काफ़ी टाइम दे आ गए हुए सी, दोपहर टाइम तकरीबन, उस तो पहले एक असी मजीद वीडियो बनाने लग पे सी, वो तुसी जरूर देखना, बहुत ही मज़ेदार वो वीडियो हैगी। तो हूँ असी उस वीडियो तो समझे कोई वेले हो, इस वीडियो का एंड साढ़े को नहीं होया पाया, हूँ इंशाल्लाह तुहाडे नाल वो जिहड़ी ना शॉपिंग निक्की शॉपिंग है शेयर करने हैं, जरूर देखा जी। माशाल्लाह जी ए साडी अलहमदुलिल्लाह शॉपिंग हैगी सी, है छोटी जी, पता नहीं किसी ने पसंद आती कि नहीं आती, ओपन करके तुम दिखा दें। तो कल असी नहीं सी शामिल कर पाए किसी वजह तो, यह देखो माशाल्लाह साढ़े जिम्मे लगे सी माई दानश माई का दा, कंबल तो नहीं रजाई, लेकिन जिस तरह अल्लाह पाक नू मंजूर होवे। उन्हां दिनां च काफ़ी टाइम पहले यानी कि सिस्टर ने आख्या भी दानश नू एक रजाई और मंजी वगैरह तो सिराणा लैके दो, लेकिन उदो साढ़े हालात साढ़े काफ़ी डाउन आ, इस वजह तो असी लैके नहीं दे पाए सी। ए आला हुण लिया जी कंबल, कल ही लैके आंदे आ दो कंबल, ठीक है ना। इनू खिलार सारे नू खिलार के दिखा किन्ना क वड्डा है, ठीक है ना। ए वेखो जी समझ लो डबल बैड कंबल है, एंदी सोहनी सोहनी शाइनिंग है, ठीक है ना। तकरीबन तकरीबन असी खिलार के दोनों भी खाते पे, एडा वड्डा कंबल है, ठीक है ना। बेड है ए वेखो, ए फुल किन्ने किन्ने प्यारे बने हैं, ए दानश माई ने सिलेक्ट किया, आंदे हुए सिलेक्ट उन्हें कर लिया सी। और ए आली इंदी देखो जी इन्नी मोटाई है, वजनी कंबल है, एक ऊपर कंबल है एक नीचे है, डबल कंबल है, उंज भी माशाल्लाह काफ़ी वजनी पारा, बेशक बंदा इंज कला ही पै जाता ना। ये देखो पूरी जाई तुलाई दोनों बन जाते हैं, ठीक है ना। और दूसरा कंबल जी तुहानू अनबॉक्सिंग करके विखाने, ये किस तरह हैगा, ये आसिया ने सिलेक्ट किया, वैसे तो असी दोनों इकट्ठे लेंदे हैं, मैं जेड़ा किसी नू पसंद आ जाए ना वो रख लवे, ठीक है ना। और देखो कितनी उनकी मोटाई है, ये भी चेक करो सेम टू सेम असा दोनों लेने, सिर्फ थोड़ा बहुत कलर का फर्क है, हैं दोनों चीज़ा ही माशाल्लाह जेड़ा ना जबरदस्त है। पहले असी आप अनबॉक्सिंग जेड़ा ना कार कुर के ते बैठे हुए असी वेख वूख लिया, ठीक है ना, हूँ असी तुहाडे नाल शेयर कर रहे हैं। ए वेखो ए भी एडा वड्डा, ठीक हो गया ना। और इनकी ए हैगी फाइनल लुक, ए चेक करो जरा माशाल्लाह जी, दोनों ही बड़े जबरदस्त कंबल है गए। अल्लाह पाक दी उन्होंने जजाए खैर देवे जिन्होंने साढ़े वास्ते इन्ना प्यारे तोहफे जड़े ना भेजे ने।
समझ लो पैसे भेजे उन्होंने जरिए मतलब असी एक कंबल खरीदे ने ठीक है ना। तो यूके तो बाजी हैगी यूके तो बाजी आ उन्हें साड़ी हेल्प करी है दाना शमाई वास्ते नाल आसिया का भी जुगाड़ लग गया बेशक अल्लाह पाक देना वसीला अल्लाह पाक बहना भाइयों बनाता है ठीक है ना। और यह वेखो यह भी एडा वड्डा जड़ा ना कंबल हैगा डबल कंबल हैगा अल्लाह पाक जी देवन आले कबूल करे और आसिया बेगम दे दाना शमाई दे नसीबां च करे। हाँ जी लाइटा एडिया साड़िया शौक नहीं है लाइटा तो ठीक ने तकरीबन कैमरा नहीं साड़ा फोकस कर पा रहा बहरल जो जी वीडियो बनी है तुसी जरूर जड़ा इनू पसंद जरूर करना मेहरबानी होगी अल्लाह पाक तुहानू खुश रखे। तो जंजीरियां आसिया ने मेरे ख्याल एक साइड की कड भी ली है प्लास्टिक की जंजीरी है हल्का ही होंगे है कवर जहाँ अपने का वो कवर पे चलो ये सही तरह करना छोटा करके जरा ना तह ला नहीं छोटी तह ला एडे वे वेख लो जी आसिया को तह नहीं लगी है छोटी करके मैं इन कर लेना सैड तू ना कर अलहमदुल्ला दोनों कंबलों की मैं तह लगा के बंद करके रख छे आसिया वैसे अलहमदुल्ला चीज मिल जाती लेकिन अजे तक उन्होंने मतलब नवी चीज का तरीकाकार नहीं आता कंबल पहली दफा समझ लो कि असा जिंदगी पहली दफा कंबल लिया पहले कदे नहीं लिया गया ता करके उन्होंने तरीकाकार भी फिलहाल नहीं है तह लगावन का काफी दफा एवं जी चीजा चाह के ना असी थोड़ी मेरे ना गुस्से हो जाती आती तेन ज्यादा पता है हूँ भी चली गई है बहर लड़ के मेरे बारह कोई नहीं थोड़े जिना मतलब के उस तरह के टाइप की है ठीक है अल्लाह पाक जिस तरह का उन्होंने दिमाग दिता उस तरह का इस्तेमाल कर दी क्यों असी एवं गल कुछ भी नहीं।